ਕੱਟ ਬੰਦ ਹੋਣਾ ਚਾਹੀਦਾ ਜੀ, ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਆ। ਆ ਪਰਿਵਾਰ ਮਸੋਂ ਹੀ ਬਚਿਆ ਜੀ, ਸਾਡੇ ਸਾਹਮਣੇ ਬਲਾਰੋ ਸਾਰੀ ਟੁੱਟ ਗਈ ਹੈ। ਕਿਉਂਕਿ ਜਿਹੜੇ ਸਟੈਪਨ ਕੈਮੀਕਲ ਦੇ ਵਰਕਰ ਹੈਗੇ, ਇਹ ਵੀ ਵਿੱਚੋਂ ਸਿੱਧੇ ਨਿਕਲ ਕੇ ਆਉਂਦੇ, ਚੰਡੀਗੜ੍ਹ ਰੋਡ ਤੋਂ ਆਉਂਦੇ ਹੈਗੇ ਸਾਰੇ। ਬੜਾ ਰਿਸਕ ਹੈ ਜੀ ਉਰੇ ਨੂੰ, ਸਾਹਮਣੇ ਨਿਕਲਦੇ ਆ ਸਿੱਧੇ ਇਹਨਾਂ ਦੇ ਪਲਾਟ ਪਰਲੇ ਪਾਸੇ ਸੜਕ ਦੇ, ਕਨੌਲੀ ਗੱਡੀ ਵੀ ਆ, ਇਹ ਰਿਸਕ ਹੈ ਜੀ ਹਾਈਵੇ ਰੋਡ ਤੇ ਨਿਕਲਣਾ। ਇੱਕੇ ਪਰਿਵਾਰ ਦੇ ਬੰਦੇ ਸੀ ਸਾਰੇ? ਇੱਕੇ ਪਰਿਵਾਰ ਦੇ ਸੀ ਜੀ। ਭੈਣ ਜੀ, ਜਿਹੜਾ ਇੱਥੇ ਕੱਟ ਹੈਗਾ, ਕੱਟ ਕਰਕੇ ਵੀ ਕਾਫੀ ਐਕਸੀਡੈਂਟ ਹੋ ਗਏ, ਕੀ ਕਹਿਣਾ ਤੁਹਾਡਾ? ਹਾਂਜੀ, ਕੱਟ ਬੰਦ ਕਰਨਾ ਚਾਹੀਦਾ ਹੈ, ਬਹੁਤ ਗਲਤ ਹੈ। ਕੋਈ ਸੱਟਾਂ ਵਗੈਰਾ ਤਾਂ ਨਹੀਂ ਲੱਗੀਆਂ ਕਿਸੇ ਦੇ? ਮਾਮੂਲੀ ਜੀ ਸੱਟਾ, ਕੋਈ ਜ਼ਿਆਦਾ ਸੱਟਾ ਨਹੀਂ। ਬਲੈਰੋ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਬਲੈਰੋ ਦਾ ਕਾਫੀ ਕੱਟ ਬੰਦ ਹੋਣਾ ਚਾਹੀਦਾ ਜੀ, ਉਰੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਆ। ਆ ਪਰਿਵਾਰ ਮਸੋਂ ਹੀ ਬਚਿਆ ਜੀ, ਸਾਡੇ ਸਾਹਮਣੇ ਬਲਾਰੋ ਸਾਰੀ ਟੁੱਟ ਗਈ ਹੈ। ਕਿਉਂਕਿ ਜਿਹੜੇ ਸਟੈਪਨ ਕੈਮੀਕਲ ਦੇ ਵਰਕਰ ਹੈਗੇ, ਇਹ ਵੀ ਵਿੱਚੋਂ ਸਿੱਧੇ ਨਿਕਲ ਕੇ ਆਉਂਦੇ, ਚੰਡੀਗੜ੍ਹ ਰੋਡ ਤੋਂ ਆਉਂਦੇ ਹੈਗੇ ਸਾਰੇ। ਬੜਾ ਰਿਸਕ ਹੈ ਜੀ ਉਰੇ ਨੂੰ, ਸਾਹਮਣੇ ਨਿਕਲਦੇ ਆ ਸਿੱਧੇ ਇਹਨਾਂ ਦੇ ਪਲਾਟ ਪਰਲੇ ਪਾਸੇ ਸੜਕ ਦੇ, ਕਨੌਲੀ ਗੱਡੀ ਵੀ ਆ, ਇਹ ਰਿਸਕ ਹੈ ਜੀ ਹਾਈਵੇ ਰੋਡ ਤੇ ਨਿਕਲਣਾ। ਇੱਕੇ ਪਰਿਵਾਰ ਦੇ ਬੰਦੇ ਸੀ ਸਾਰੇ? ਇੱਕੇ ਪਰਿਵਾਰ ਦੇ ਸੀ ਜੀ। ਭੈਣ ਜੀ, ਜਿਹੜਾ ਇੱਥੇ ਕੱਟ ਹੈਗਾ, ਕੱਟ ਕਰਕੇ ਵੀ ਕਾਫੀ ਐਕਸੀਡੈਂਟ ਹੋ ਗਏ, ਕੀ ਕਹਿਣਾ ਤੁਹਾਡਾ? ਹਾਂਜੀ, ਕੱਟ ਬੰਦ ਕਰਨਾ ਚਾਹੀਦਾ ਹੈ, ਬਹੁਤ ਗਲਤ ਹੈ। ਕੋਈ ਸੱਟਾਂ ਵਗੈਰਾ ਤਾਂ ਨਹੀਂ ਲੱਗੀਆਂ ਕਿਸੇ ਦੇ? ਮਾਮੂਲੀ ਜੀ ਸੱਟਾ, ਕੋਈ ਜ਼ਿਆਦਾ ਸੱਟਾ ਨਹੀਂ। ਬਲੈਰੋ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਬਲੈਰੋ ਦਾ ਕਾਫੀ ਕੱਟ ਬੰਦ ਹੋਣਾ ਚਾਹੀਦਾ ਜੀ, ਉਰੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਆ। ਆ ਪਰਿਵਾਰ ਮਸੋਂ ਹੀ ਬਚਿਆ ਜੀ, ਸਾਡੇ ਸਾਹਮਣੇ ਬਲਾਰੋ ਸਾਰੀ ਟੁੱਟ ਗਈ ਹੈ। ਕਿਉਂਕਿ ਜਿਹੜੇ ਸਟੈਪਨ ਕੈਮੀਕਲ ਦੇ ਵਰਕਰ ਹੈਗੇ, ਇਹ ਵੀ ਵਿੱਚੋਂ ਸਿੱਧੇ ਨਿਕਲ ਕੇ ਆਉਂਦੇ, ਚੰਡੀਗੜ੍ਹ ਰੋਡ ਤੋਂ ਆਉਂਦੇ ਹੈਗੇ ਸਾਰੇ। ਬੜਾ ਰਿਸਕ ਹੈ ਜੀ ਉਰੇ ਨੂੰ, ਸਾਹਮਣੇ ਨਿਕਲਦੇ ਆ ਸਿੱਧੇ ਇਹਨਾਂ ਦੇ ਪਲਾਟ ਪਰਲੇ ਪਾਸੇ ਸੜਕ ਦੇ, ਕਨੌਲੀ ਗੱਡੀ ਵੀ ਆ, ਇਹ ਰਿਸਕ ਹੈ ਜੀ ਹਾਈਵੇ ਰੋਡ ਤੇ ਨਿਕਲਣਾ। ਇੱਕੇ ਪਰਿਵਾਰ ਦੇ ਬੰਦੇ ਸੀ ਸਾਰੇ? ਇੱਕੇ ਪਰਿਵਾਰ ਦੇ ਸੀ ਜੀ। ਭੈਣ ਜੀ, ਜਿਹੜਾ ਇੱਥੇ ਕੱਟ ਹੈਗਾ, ਕੱਟ ਕਰਕੇ ਵੀ ਕਾਫੀ ਐਕਸੀਡੈਂਟ ਹੋ ਗਏ, ਕੀ ਕਹਿਣਾ ਤੁਹਾਡਾ? ਹਾਂਜੀ, ਕੱਟ ਬੰਦ ਕਰਨਾ ਚਾਹੀਦਾ ਹੈ, ਬਹੁਤ ਗਲਤ ਹੈ। ਕੋਈ ਸੱਟਾਂ ਵਗੈਰਾ ਤਾਂ ਨਹੀਂ ਲੱਗੀਆਂ ਕਿਸੇ? ਬਲੈਰੋ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਕੱਟ ਬੰਦ ਹੋਣਾ ਚਾਹੀਦਾ ਜੀ, ਉਰੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਆ। ਆ ਪਰਿਵਾਰ ਮਸੋਂ ਹੀ ਬਚਿਆ ਜੀ, ਸਾਡੇ ਸਾਹਮਣੇ ਬਲਾਰੋ ਸਾਰੀ ਟੁੱਟ ਗਈ ਹੈ। ਕਿਉਂਕਿ ਜਿਹੜੇ ਸਟੈਪਨ ਕੈਮੀਕਲ ਦੇ ਵਰਕਰ ਹੈਗੇ, ਇਹ ਵੀ ਵਿੱਚੋਂ ਸਿੱਧੇ ਨਿਕਲ ਕੇ ਆਉਂਦੇ, ਚੰਡੀਗੜ੍ਹ ਰੋਡ ਤੋਂ ਆਉਂਦੇ ਹੈਗੇ ਸਾਰੇ। ਬੜਾ ਰਿਸਕ ਹੈ ਜੀ ਉਰੇ ਨੂੰ, ਸਾਹਮਣੇ ਨਿਕਲਦੇ ਆ ਸਿੱਧੇ ਇਹਨਾਂ ਦੇ ਪਲਾਟ ਪਰਲੇ ਪਾਸੇ ਸੜਕ ਦੇ, ਕਨੌਲੀ ਗੱਡੀ ਵੀ ਆ, ਇਹ ਰਿਸਕ ਹੈ ਜੀ ਹਾਈਵੇ ਰੋਡ ਤੇ ਨਿਕਲਣਾ। ਇੱਕੇ ਪਰਿਵਾਰ ਦੇ ਬੰਦੇ ਸੀ ਸਾਰੇ? ਇੱਕੇ ਪਰਿਵਾਰ ਦੇ ਸੀ ਜੀ। ਭੈਣ ਜੀ, ਜਿਹੜਾ ਇੱਥੇ ਕੱਟ ਹੈਗਾ, ਕੱਟ ਕਰਕੇ ਵੀ ਕਾਫੀ ਐਕਸੀਡੈਂਟ ਹੋ ਗਏ, ਕੀ ਕਹਿਣਾ ਤੁਹਾਡਾ? ਹਾਂਜੀ, ਕੱਟ ਬੰਦ ਕਰਨਾ ਚਾਹੀਦਾ ਹੈ, ਬਹੁਤ ਗਲਤ ਹੈ। ਕੋਈ ਸੱਟਾਂ ਵਗੈਰਾ ਤਾਂ ਨਹੀਂ ਲੱਗੀਆਂ ਕਿਸੇ ਦੇ? ਮਾਮੂਲੀ ਜੀ ਸੱਟਾ, ਕੋਈ ਜ਼ਿਆਦਾ ਸੱਟਾ ਨਹੀਂ। ਬਲੈਰੋ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਬਲੈਰੋ ਦਾ ਕਾਫੀ